Welcome back again, and good morning to all of you, and good evening, Dr. Sam. And thank you who all join us. ਤੇ ਜਿੱਦਾਂ ਜਿੱਦਾਂ ਸਾਨੂੰ ਜੁਆਇਨ ਕਰਦੇ ਆ, ਮੈਂ ਉਹਨਾਂ ਨੂੰ ਐਡਮਿਟ ਕਰਦੀ ਰਹੂੰਗੀ ਇਸ ਮੀਟਿੰਗ ਦੇ ਵਿੱਚ। ਤੇ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈਗੀ ਆ, ਉਹ ਬਹੁਤ ਜ਼ਿਆਦਾ ਜਿਹੜੀਆਂ ਸਾਡੀਆਂ ਰਿਲੈਕਸਿੰਗ ਟੈਕਨੀਕਸ ਹੈਗੀਆਂ ਆ, ਮਾਈਂਡਫੁਲਨੈਸ ਟੈਕਨੀਕਸ ਹੈਗੀਆਂ, ਕਿਵੇਂ ਕਿਵੇਂ ਸਾਡੀ ਆਰਾਮ ਦੀਆਂ ਸਥਿਤੀਆਂ ਇਹ ਸਭ ਡਾਕਟਰ ਸਾਹਿਬ ਸਾਨੂੰ ਦੱਸਣਗੇ। ਸਭ ਤੋਂ ਪਹਿਲਾਂ ਅਸੀਂ ਵੈਲਕਮ ਕਰਦੇ ਹਾਂ ਡਾਕਟਰ ਜੇ ਐਸ ਵਿਰਕ ਜੀ ਦਾ, MBBS, FAMS, FCGP, PGD, GM। ਤੇ ਇਸ ਟਾਈਮ ਡਾਕਟਰ ਸਾਹਿਬ ਇੰਟਰਨੈਸ਼ਨਲੀ ਹੈਗੇ ਆ, ਲੇਕਿਨ ਫਿਰ ਵੀ ਉਹ ਸਾਨੂੰ ਆਪਣਾ ਕੀਮਤੀ ਸਮਾਂ ਦੇ ਰਹੇ ਆ। ਅਸੀਂ ਉਹਨਾਂ ਲਈ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਹਾਂ ਕਿ ਥੈਂਕ ਯੂ ਡਾਕਟਰ ਸਾਹਿਬ ਕਿ ਤੁਸੀਂ ਸਾਡੇ ਲਈ ਆਪਣਾ ਕੀਮਤੀ ਸਮਾਂ ਕੱਢ ਰਹੇ ਹੋ। ਤੇ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ। ਇਹ ਕਿਵੇਂ ਦੀਆਂ ਟੈਕਨੀਕਸ ਹੈ ਤੇ ਕੀ ਇਹਦੇ ਵਿੱਚ ਹੋਰ ਸਾਨੂੰ ਰੈਗੂਲਰ ਆਪਣੇ ਲਾਈਫ ਸਟਾਈਲ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ, ਡਾਕਟਰ ਸਾਹਿਬ ਸਾਨੂੰ ਦੱਸਣਗੇ। ਵੈਲਕਮ ਸਰ। ਥੈਂਕ ਯੂ ਚੇਤਨਾ ਜੀ। ਅੱਜ ਦਾ ਟੌਪਿਕ ਵੀ ਪਹਿਲਾਂ ਦੇ ਵਾਂਗ ਅਸੀਂ ਬਹੁਤ ਵਧੀਆ ਟੌਪਿਕ ਹੈ ਔਰ ਇਹ ਸਾਡੀ ਜ਼ਿੰਦਗੀ ਦੇ ਨਾਲ ਡੇਲੀ ਦੇ ਨਾਲ ਜੁੜਿਆ ਹੋਇਆ ਆ। ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਨਾਲ ਇਹ ਸਾਨੂੰ ਵਿਵਸਥਾ ਹੈ। ਸੋ ਇਹ ਕੀ ਹੈ? ਮਨਮੁਖਤਾ ਅਤੇ ਆਰਾਮ ਦੀਆਂ ਤਕਨੀਕਾਂ ਦੀਆਂ ਬੁਨਿਆਦੀ ਗੱਲਾਂ, ਬੇਸਿਕ ਬੇਸਿਕਸ ਆਫ ਮਾਈਂਡਫੁਲਨੈਸ ਐਂਡ ਰਿਲੈਕਸੇਸ਼ਨ ਟੈਕਨੀਕਸ। ਇਹਦਾ ਮਤਲਬ ਕੀ ਆ ਕਿ ਅਗਰ ਅਸੀਂ ਮਾਈਂਡਫੁਲ ਹੋਣਾ, ਮਾਈਂਡਫੁਲ ਦਾ ਮਤਲਬ ਲੋਕਾਂ ਨੂੰ ਪਤਾ ਨਹੀਂ ਹੈ ਕਿ ਮਾਈਂਡਫੁਲ ਕੀ ਹੁੰਦਾ ਹੈਗਾ ਆ। ਮਾਈਂਡਫੁਲ ਦਾ ਮਤਲਬ ਇਹ ਆ ਕਿ ਹਰ ਚੀਜ਼ ਜੋ ਅਸੀਂ ਕਰਦੇ ਹਾਂ ਉਹਨੂੰ ਅਸੀਂ ਧਿਆਨ ਦੇ ਨਾਲ ਕਰੀਏ। ਕਿਸ ਤਰ੍ਹਾਂ ਧਿਆਨ ਦੇ ਨਾਲ ਕਰੀਏ? ਅਗਰ ਕੋਈ ਚੀਜ਼ ਅਸੀਂ ਚੱਕਣੀ ਆ ਤਾਂ ਸਾਡਾ ਮਨ ਇਹ ਕਹਿਣਾ ਚਾਹੀਦਾ ਕਿ ਆਹ ਚੀਜ਼ ਹੁਣ ਮੈਂ ਚੱਕ ਰਿਹਾ ਹਾਂ। ਕਈ ਵਾਰੀ ਕੀ ਹੁੰਦਾ ਆ ਕਿ ਅਸੀਂ ਚੀਜ਼ਾਂ ਕਰਦੇ ਰਹਿੰਦੇ ਹੈਗੇ ਆ ਤੇ ਸਾਡਾ ਖਿਆਲ ਕਿਤੇ ਹੋਰ ਹੁੰਦਾ, ਅਸੀਂ ਰਿਫਲੈਕਸਲੀ ਚੀਜ਼ਾਂ ਕਰੀ ਜਾਂਦੇ ਆ ਜਿਹੜੀਆਂ ਅਸੀਂ ਰੁਟੀਨ ਦੇ ਵਿੱਚ ਕਰਦੇ ਹੈਗੇ ਆ। ਪਰ ਮਾਈਂਡਫੁਲਨੈਸ ਉਹ ਹੁੰਦੀ ਆ ਜਿਹੜੀ ਅਸੀਂ ਮਨ ਦੇ ਨਾਲ ਕਰਦੇ ਆ ਔਰ ਇਹ ਸੋਚਦੇ ਆ ਕਿ ਆਹ ਹੁਣ ਮੈਂ ਕਰਨ ਲੱਗਾ ਆ ਔਰ ਆਹ ਚੀਜ਼ ਕਰ ਰਿਹਾ ਹੈਗਾ ਆ, ਉਹਨੂੰ ਅਸੀਂ ਮਾਈਂਡਫੁਲਨੈਸ ਕਹਿੰਦੇ ਹੈਗੇ ਆ। ਤੇ ਰਿਲੈਕਸੇਸ਼ਨ ਇਹ ਹੁੰਦਾ ਹੈ ਕਿ ਜਦੋਂ ਸਾਡਾ ਮਾਈਂਡ ਬਿਲਕੁਲ ਰਿਲੈਕਸ ਆ ਔਰ ਅਸੀਂ ਆਰਾਮ ਦੇ ਵਿੱਚ ਹੁੰਨੇ ਆ, ਦੈਟ ਇਜ਼ ਦੇਅਰ। ਸੋ ਇਹ ਤਕਨੀਕਾਂ ਕੀ ਹੈ ਇਹਦੇ ਬਾਰੇ ਅੱਜ ਅਸਾਂ ਗੱਲ ਕਰਨੀ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਇਸ ਮੀਟਿੰਗ ਦੇ ਵਿੱਚ ਸਵਾਗਤ ਕਰਦਾ ਹੈਗਾ ਆ ਤੇ ਆਪਾਂ ਇਹ ਸ਼ੁਰੂ ਕਰਦੇ ਹੈਗੇ ਆ। ਆਰਾਮ ਲਈ, ਰਿਲੈਕਸੇਸ਼ਨ ਦੇ ਲਈ ਬਰੀਦਿੰਗ ਐਕਸਰਸਾਈਜ਼ ਜਿਹੜੀਆਂ ਹੈਗੀਆਂ, ਸਾਹ ਲੈਣ ਦੀਆਂ ਕਸਰਤਾਂ ਆ, ਉਹ ਬਹੁਤ ਇੰਪੋਰਟੈਂਟ ਹੈਗੀਆਂ ਆ। ਕਿਉਂਕਿ ਸਾਡਾ ਜਿਹੜਾ ਮਾਈਂਡ ਹੈਗਾ ਆ ਉਹ ਕਈ ਚੀਜ਼ਾਂ ਤਾਂ ਐਸੀਆਂ ਹੈਗੀਆਂ ਆ ਜਿਹੜੀਆਂ ਕਿ ਉਹ ਆਪਣੇ ਆਪ ਹੀ ਕਰਦਾ ਰਹਿੰਦਾ ਹੈਗਾ ਆ ਔਰ ਉਹਦੇ ਤੇ ਸਾਡਾ ਕੰਟਰੋਲ ਨਹੀਂ ਹੁੰਦਾ। ਫਾਰ ਐਗਜ਼ਾਮਪਲ, ਜਿਸ ਤਰ੍ਹਾਂ ਸਾਡਾ ਹਾਰਟ ਚੱਲਦਾ ਹੈਗਾ ਆ ਔਰ ਉਹ ਆਟੋਮੈਟਿਕਲੀ ਚਲੀ ਜਾਂਦਾ ਆ, ਉਹ ਸਾਡਾ ਮਾਈਂਡ ਜਿਹੜਾ ਹੈ, ਸਬਕੌਂਸ਼ੀਅਸ ਮਾਈਂਡ, ਉਹਨੂੰ ਅਪ ਚਲਾਈ ਜਾਂਦਾ ਹੈਗਾ ਆ। ਸਾਡਾ ਗੈਸਟਰੋ ਇੰਟੇਸਟਾਈਨਲ ਸਿਸਟਮ ਹੈਗਾ, ਉਹ ਆਪਣੇ ਆਪ ਹੀ ਚੱਲੀ ਜਾਂਦਾ ਹੈਗਾ। ਯੂਰੀਨਰੀ ਸਿਸਟਮ ਹੈਗਾ, ਸਾਡੇ ਜਿੰਨੇ ਵੀ ਅੰਦਰਲੇ ਬੋਡੀਲੀ ਫੰਕਸ਼ਨ ਹੈਗੇ ਆ ਉਹ ਆਪਣੇ ਆਪ ਹੀ ਕਿਰਿਆ ਕਰੀ ਜਾਂਦੇ ਹੈਗੇ ਆ। ਪਰ ਬਰੀਦਿੰਗ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਕਿ ਸਾਡੇ ਮਾਈਂਡ ਦੇ ਨਾਲ ਵੀ ਰਿਲੇਟਡ ਹੈਗੀ ਆ ਕਿ ਆਪਣੇ ਆਪ ਵੀ ਚੱਲੀ ਜਾਂਦੀ ਆ, ਪਰ ਪਰਮਾਤਮਾ ਨੇ ਉਹਨੂੰ ਸਾਡੇ ਕੌਨਸ਼ੀਅਸ ਮਾਈਂਡ ਨੂੰ ਵੀ ਉਹਦਾ ਕੰਟਰੋਲ ਦਿੱਤਾ ਹੈਗਾ ਆ।
ਔਰ ਉਸ ਕੰਟਰੋਲ ਦੇ ਨਾਲ ਅਸੀਂ ਸਬਕੌਂਸ਼ੀਅਸ ਮਾਈਂਡ ਨੂੰ ਕੰਟਰੋਲ ਕਰ ਸਕਦੇ ਹਾਂ। ਇਹ ਇੱਕ ਤਰ੍ਹਾਂ ਦਾ ਸਾਨੂੰ ਇੱਕ ਤੋਹਫ਼ਾ ਪਰਮਾਤਮਾ ਨੇ ਦਿੱਤਾ ਹੈਗਾ ਆ। ਸੋ ਜਿਹੜੀ ਸਾਹ ਲੈਣ ਦੀਆਂ ਕਸਰਤਾਂ ਹੈਗੀਆਂ ਆ ਉਹ ਰਿਲੈਕਸੇਸ਼ਨ ਦੇਣ ਲਈ, ਸਾਡਾ ਤਣਾਅ ਜਿਹੜੀ ਸਟ्रेस ਲੈਵਲ ਆ ਉਹਨੂੰ ਘਟਾਉਣ ਲਈ, ਤੇ ਔਨ ਦੀ ਹੋਲ ਜਿਹੜੀ ਸਾਡੀ ਵੈਲਬੀਇੰਗ ਹੈਗੀ ਆ ਉਹਨੂੰ ਉਤਸ਼ਾਹਤ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਸ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਹੈਗੀਆਂ ਆ ਉਹ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਹੈਗੀਆਂ ਆ। ਇੱਥੇ ਸਾਹ ਲੈਣ ਦੇ ਵੱਖ-ਵੱਖ ਅਭਿਆਸਾਂ ਲਈ ਇੱਕ ਵਿਸਤ੍ਰਿਤ ਗਾਈਡ ਹੈ ਜੋ ਆਰਾਮ ਲਈ, ਰਿਲੈਕਸੇਸ਼ਨ ਲਈ ਵਰਤੀ ਜਾ ਸਕਦੀ ਹੈ। ਉਹ ਕਿਹੜੀ ਗਾਈਡ ਹੈ ਉਹ ਮੈਂ ਤੁਹਾਨੂੰ ਹੁਣ ਕਲੀਅਰ ਕਰ ਦਿੰਦਾ ਹੈਗਾ ਆ। ਜਦੋਂ ਅਸੀਂ ਡਾਇਆਫ੍ਰੈਗਮੈਟਿਕ ਸਾਹ ਲੈਂਦੇ ਹੈਗੇ ਆ, ਡਾਇਆਫ੍ਰੈਗਮੈਟਿਕ ਸਾਹ ਕੀ ਹੈ ਕਿ ਸਾਡੀ ਜਿਹੜੀ ਸੈਪਰੇਸ਼ਨ ਹੈ ਚੈਸਟ ਦੀ ਔਰ ਪੇਟ ਦੇ ਵਿੱਚ ਜਿਹੜੀ ਸੈਪਰੇਟ ਕਰਦੀ ਹੈ ਡਾਇਆਫ੍ਰਾਮ, ਉਹਦੇ ਨਾਲ ਅਗਰ ਅਸੀਂ ਉਹਨੂੰ ਯੂਜ਼ ਕਰਕੇ ਸਾਹ ਲੈਂਦੇ ਹੈ, ਉਹ ਇੱਕ ਕਿੱਦਾਂ ਦਾ ਸਾਹ ਹੈ ਕਿ ਉਹਨੂੰ ਅਸੀਂ ਥੱਲੇ ਕਰਦੇ ਹਾਂ ਉੱਪਰ ਕਰਦੇ ਹਾਂ, ਥੱਲੇ ਕਰਦੇ ਹਾਂ ਉੱਪਰ ਕਰਦੇ ਹੈਗੇ ਹਾਂ। ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਸਾਡਾ ਸਾਹ ਹੈਗਾ, ਸਾਡੇ ਜਿਹੜੇ ਫੇਫੜੇ ਹੈਗੇ ਉਹਨਾਂ ਦਾ ਜਿਹੜਾ ਮੇਨ ਪਾਰਟ ਹੈਗਾ ਆ ਉਹ ਨਿਚਲਾ ਹਿੱਸਾ ਹੁੰਦਾ ਹੈਗਾ ਆ, ਉੱਪਰਲਾ ਹਿੱਸਾ ਬਹੁਤ ਛੋਟਾ ਹੁੰਦਾ ਆ, ਥੱਲੇਲਾ ਹਿੱਸਾ ਬਹੁਤ ਜ਼ਿਆਦਾ ਹੁੰਦਾ। ਜਦੋਂ ਤੌਕਣੀ ਵਾਂਗ ਥੱਲੇ ਉੱਪਰ ਜਾਂਦਾ ਆ ਤੇ ਸਾਡੇ ਜਿਹੜੇ ਲੰਗਸ ਹੈਗੇ ਆ ਉਹ ਫੈਲਦੇ ਆ ਤੇ ਇਕੱਠੇ ਹੁੰਦੇ ਆ, ਫੈਲਦੇ ਆ ਤੇ ਇਕੱਠੇ ਹੁੰਦੇ ਆ। ਉਹਦੇ ਨਾਲ ਜਿਹੜੇ ਡੂੰਘੇ ਪੇਟ ਦੇ ਸਾਹ ਲੈਂਦੇ ਆ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਹਵਾ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਅੰਦਰ ਜਾਂਦੀ ਹੈਗੀ ਆ, ਔਰ ਉਹਦੇ ਜਿਹੜੇ ਫਾਇਦੇ ਹੈਗੇ ਆ ਉਹ ਸਾਨੂੰ ਮਿਲਦੇ ਹੈਗੇ ਆ। ਉਹ ਕਿੱਦਾਂ ਆ, ਉਹਦੀ ਤਕਨੀਕ ਕੀ ਹੈਗੀ ਆ, ਉਹਦੇ ਲਈ ਸਾਨੂੰ ਆਰਾਮ ਨਾਲ ਬੈਠਣਾ ਜਾਂ ਲੇਟ ਜਾਣਾ ਚਾਹੀਦਾ ਹੈਗਾ ਆ, ਉਹਦੇ ਲਈ ਕੀ ਹੈ ਕਿ ਆਪਣੇ ਨੱਕ ਰਾਹੀਂ ਡੂੰਘਾ ਸਾਹ ਲੈਣਾ ਚਾਹੀਦਾ, ਇਸ ਤਰ੍ਹਾਂ ਲੰਬਾ ਸਾਹ ਲੈਣਾ ਜਿਹਦੇ ਨਾਲ ਕਿ ਤੁਹਾਡਾ ਪੇਟ ਜਿਹੜਾ ਫੈਲ ਜਾਵੇ। ਪੇਟ ਜਿਹੜਾ ਉਹ ਕਿਸ ਤਰ੍ਹਾਂ ਫੈਲਦਾ ਆ, ਉਹ ਤੁਸੀਂ ਪੇਟ ਦੇ ਉੱਤੇ ਹੱਥ ਰੱਖ ਸਕਦੇ ਆ ਤੇ ਪੇਟ ਤੁਹਾਡਾ ਉੱਪਰ ਨੂੰ ਹਿੱਲਣਾ ਚਾਹੀਦਾ ਹੈਗਾ ਆ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਪੇਟ ਜਿਹੜਾ ਹੈਗਾ ਆ ਉਹ ਫੁੱਲ ਜਾਏਗਾ, ਆਪਣੇ ਫੇਫੜਿਆਂ ਨੂੰ ਫੇ ਖਾਲੀ ਕਰਦੇ ਹੋਏ, ਫੇ ਸਾਹ ਕੱਢਦੇ ਹੋਏ, ਪਰਸ ਹੋਏ ਬੁੱਲਾਂ। ਪਰਸ ਦਾ ਮਤਲਬ ਆ ਕਿ ਮੂੰਹ, ਜਿੱਦਾਂ ਅਸੀਂ ਸੀਟੀ ਵਜਾਉਂਦੇ ਹੈਗੇ ਹਾਂ, ਪਰਸ ਕਰਦੇ ਹੈਗੇ ਹਾਂ, ਹੌਲੀ ਹੌਲੀ ਫੇ ਅਸੀਂ ਉਹਨੂੰ ਸਾਹ ਨੂੰ ਛੱਡਦੇ ਹੈਗੇ ਹਾਂ। ਇਹ ਕਈ ਸਾਹ ਚੱਕਰ ਲਈ ਦੁਹਰਾਉਣਾ ਚਾਹੀਦਾ ਹੈਗਾ ਆ। ਇਹ ਅਗਰ ਸਾਡੇ ਮੈਂਬਰਸ ਹੋਣ ਤਾਂ ਉਹ ਪ੍ਰੈਕਟੀਕਲ ਐਕਸਪੀਰੀਅੰਸ ਵੀ ਕਰ ਸਕਦੇ ਹੈਗੇ ਆ ਕਿ ਪਹਿਲਾਂ ਆਰਾਮ ਨਾਲ ਬੈਠਣਾ ਆ ਜਾਂ ਲੇਟ ਜਾਣਾ ਹੈਗਾ ਆ, ਨੱਕ ਰਾਹੀਂ ਡੂੰਘਾ ਸਾਹ ਲੈਣਾ ਹੈਗਾ ਆ ਤੇ ਡੂੰਘੇ ਸਾਹ ਪੇਟ ਰਾਹੀਂ ਲੈਣਾ ਹੈਗਾ ਆ, ਫੇ ਫੇਫੜਿਆਂ ਨੂੰ ਖਾਲੀ ਕਰਦੇ ਹੋਏ, ਪਰਸ ਹੋਏ ਬੁੱਲਾਂ ਰਾਹੀਂ ਹੌਲੀ ਹੌਲੀ ਸਾਹ ਛੱਡਣਾ ਆ, ਤੇ ਇਹਦੇ ਕਈ ਚੱਕਰ ਲਾਉਣੇ ਹੈਗੇ। ਮਤਲਬ ਇਹ ਕਈ ਵਾਰੀ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹਨੂੰ ਰਿਪੀਟ ਕਰਨਾ ਹੈਗਾ ਆ। ਇਹਦੇ ਨਾਲ ਸਾਨੂੰ ਬੈਨੀਫਿਟਸ ਕੀ ਹੁੰਦੇ ਹੈਗੇ ਆ, ਡੂੰਘੇ ਸਾਹਾਂ ਲਈ ਡਾਇਆਫ੍ਰਾਮ ਨੂੰ ਇੰਗੇਜ ਕਰਦਾ ਹੈ। ਇਹਦੇ ਨਾਲ ਇੱਕ ਤਾਂ ਸਾਡਾ ਜਿਹੜਾ ਡਾਇਆਫ੍ਰਾਮ ਹੈਗਾ ਆ ਉਹ ਹਰਕਤ ਦੇ ਵਿੱਚ ਆਉਂਦਾ ਹੈਗਾ ਆ, ਦੂਜਾ ਸਾਡਾ ਦਿਮਾਗੀ ਪ੍ਰਣਾਲੀ ਨੂੰ ਕਾਮ ਕਰਦਾ ਹੈ, ਸ਼ਾਂਤ ਕਰਦਾ ਹੈਗਾ ਆ, ਫੇਫੜਿਆਂ ਵਿੱਚ ਆਕਸੀਜਨ ਦੀ ਐਕਸਚੇਂਜ ਜਿਹੜੀ ਹੈਗੀ ਆ ਉਹ ਵੱਧ ਜਾਂਦੀ, ਕਿਉਂਕਿ ਜਿੰਨੀ ਆਕਸੀਜਨ ਜ਼ਿਆਦਾ ਜਾਏਗੀ ਅੰਦਰ ਉਹਨਾਂ ਸਾਡਾ ਜਿਹੜਾ ਐਕਸਚੇਂਜ ਹੋਏਗੀ ਉਹ ਜ਼ਿਆਦਾ ਹੋਏਗੀ। ਦੂਜੀ ਜਿਹੜੀ ਤਕਨੀਕ ਹੈਗੀ ਆ ਉਹ ਹੈ ਬਾਕਸ ਸਾਹ ਲੈਣਾ ਜਾਂ ਚਾਰ ਵਰਗ ਸਾਹ ਲੈਣਾ। ਚਾਰ ਵਰਗ ਸਾਹ ਲੈਣ ਦਾ ਕੀ ਮਤਲਬ ਹੈਗਾ ਆ, ਤਕਨੀਕ ਇਹਦੀ ਕੀ ਹੈ ਕਿ ਚਾਰ ਦੀ ਗਿਣਤੀ ਲਈ ਸਾਹ ਅੰਦਰ ਲਾਓ, ਮਤਲਬ ਕਿ ਜਦੋਂ ਅਸੀਂ ਅੰਦਰ ਸਾਹ ਲੈਣਾ ਆ ਤੇ ਚਾਰ ਗਿਣਨੇ ਹੈਗੇ ਆ। ਜਿਸ ਤਰ੍ਹਾਂ ਅੰਦਰ ਸਾਹ ਲਿਆ ਤੇ 1 2 3 4, ਚਾਰ ਦੀ ਗਿਣਤੀ ਦੇ ਅੰਦਰ ਸਾਹ ਲੈ ਕੇ
ਫਿਰ ਚਾਰ ਦੀ ਗਿਣਤੀ ਲਈ ਆਪਣੇ ਸਾਹ ਨੂੰ ਰੋਕ ਲੈਣਾ, ਚਾਰ ਦੀ ਗਿਣਤੀ ਤੱਕ, 1 2 3 1 2 3 4 ਤੱਕ ਅਸੀਂ ਸਾਹ ਨੂੰ ਅੰਦਰ ਰੋਕੀ ਰੱਖਣਾ, ਤੇ ਚਾਰ ਦੀ ਗਿਣਤੀ ਲਈ ਫਿਰ ਸਾਹ ਛੱਡਣਾ ਹੈਗਾ। ਫਿਰ 1 2 3 4 ਦੀ ਗਿਣਤੀ ਕਰਕੇ ਅਸੀਂ ਸਾਹ ਨੂੰ ਹੌਲੀ ਹੌਲੀ ਛੱਡ ਦੇਣਾ ਹੈਗਾ ਆ, ਤੇ ਫਿਰ ਦੁਬਾਰਾ ਸਾਹ ਲੈਣ ਤੋਂ ਪਹਿਲਾਂ ਚਾਰ ਦੀ ਗਿਣਤੀ ਲਈ ਰੁਕਣਾ ਆ। ਚਾਰ ਵਾਰੀ ਚਾਰ ਦੀ ਗਿਣਤੀ ਕਰਨੀ ਹੈਗੀ ਆ। ਇਹਦਾ ਮਤਲਬ ਇਹ ਆ ਕਿ ਹਰ 16 ਤੋਂ ਗਿਣਨ ਤੋਂ ਬਾਅਦ ਅਸੀਂ ਸਾਹ ਲੈਣਾ ਹੈਗਾ ਆ। ਪਹਿਲਾਂ ਚਾਰ ਗਿਣਤੀ ਇਨਹੇਲੇਸ਼ਨ 'ਚ ਲੈਣਾ ਹੈਗਾ ਆ, ਫਿਰ ਚਾਰ ਦੀ ਗਿਣਤੀ ਲਈ ਸਾਹ ਨੂੰ ਰੋਕਣਾ ਹੈਗਾ ਆ, ਫਿਰ ਚਾਰ ਦੀ ਗਿਣਤੀ ਲਈ ਸਾਹ ਨੂੰ ਐਕਸੇਲ ਕਰਨਾ ਬਾਹਰ ਕੱਢਣਾ ਹੈਗਾ ਆ, ਫਿਰ ਚਾਰ ਦੀ ਗਿਣਤੀ ਰੋਕ ਕੇ ਫਿਰ ਨਵਾਂ ਸਾਹ ਲੈਣਾ ਹੈਗਾ ਆ। ਇਹ ਵੀ ਚੱਕਰ ਨੂੰ ਅਸੀਂ ਕਈ ਵਾਰੀ ਦੁਹਰਾਉਣਾ ਹੈਗਾ ਆ। ਇਹਦੇ ਨਾਲ ਕੀ ਬੈਨੀਫਿਟਸ ਹੁੰਦੇ ਆ, ਇੱਕ ਸੰਤੁਲਿਤ ਸਾਹ ਦੀ ਲੈਅ ਨੂੰ ਸਥਾਪਿਤ ਕਰਦੇ, ਦੀ ਨਾਲ ਇੱਕ ਰਿਦਮ ਬਣ ਜਾਂਦੀ ਹੈਗੀ ਆ, ਔਰ ਲਗਾਤਾਰ ਤੁਸੀਂ ਉਹਨੂੰ ਲਈ ਜਾਂਦੇ ਹੈਗੇ ਆ। ਇਹਦੇ ਨਾਲ ਜਿਹੜਾ ਤੁਹਾਡਾ ਫੋਕਸ ਹੈਗਾ ਆ ਜਾਂ ਇਕਾਗਰਤਾ ਹੈਗੀ ਆ, ਕੰਸੈਂਟ੍ਰੇਸ਼ਨ ਹੈਗੀ ਆ, ਉਹਨੂੰ ਇਸ ਤਰ੍ਹਾਂ ਬੜਾਵਾ ਮਿਲਦਾ ਹੈਗਾ ਆ। ਇਹਦੇ ਨਾਲ ਜਿਹੜੀ ਤੁਹਾਡੀ ਕੋਈ ਚਿੰਤਾ ਹੁੰਦੀ ਆ, ਐਂਗਜ਼ਾਇਟੀ ਹੁੰਦੀ ਆ ਜਾਂ ਸਟ੍ਰੈਸ ਹੁੰਦਾ ਆ, ਉਹ ਘਟਦਾ ਹੈਗਾ ਆ। ਤੇ ਇਸ ਤੋਂ ਅਗਲੀ ਤਕਨੀਕ ਕਿਹੜੀ ਹੈਗੀ ਆ, 4 7 8 ਸਾਹ, ਆਰਾਮਦਾਇਕ ਸਾਹ, ਇਹ ਰਿਲੈਕਸੇਸ਼ਨ ਦੀ ਬਰੀਦਿੰਗ ਕਿਹੜੀ ਹੈਗੀ ਆ। ਇਸ ਤਕਨੀਕ ਦੇ ਵਿੱਚ ਜਦੋਂ ਅਸੀਂ ਸਾਹ ਲੈਣਾ ਹੈਗਾ ਆ, ਚਾਰ ਦੀ ਗਿਣਤੀ ਲਈ ਆਪਣੀ ਨੱਕ ਰਾਹੀਂ ਚੁੱਪ ਚਾਪ ਕੁਆਇਟਲੀ ਸਾਹ ਲੈਣਾ ਹੈਗਾ ਆ। ਜਦੋਂ ਤੁਸੀਂ ਸਾਹ ਇਨਹੇਲ ਕਰਨਾ ਆ, ਉਹਦੇ ਉਹ ਚਾਰ ਗਿਣਨੇ ਹੈਗੇ ਆ, 1 2 3 4, ਫਿਰ 7 ਦੀ ਗਿਣਤੀ ਲਈ ਆਪਣਾ ਸਾਹ ਰੋਕਣਾ ਆ। ਫਿਰ ਪਹਿਲੀ ਗਿਣਤੀ 'ਚ ਸੀ ਚਾਰ ਵਾਰੀ ਰੋਕਣ, ਚਾਰ ਦੀ ਗਿਣਤੀ ਤੱਕ ਰੋਕਣਾ, ਇਹਦੇ ਵਿੱਚ 7 ਦੀ ਗਿਣਤੀ ਤੱਕ ਰੋਕਣਾ ਹੈਗਾ ਆ। ਫਿਰ 8 ਦੀ ਗਿਣਤੀ ਲਈ ਆਪਣੇ ਮੂੰਹ ਰਾਹੀਂ ਪੂਰੀ ਤਰ੍ਹਾਂ ਸਾਹ ਨੂੰ ਛੱਡਣਾ ਹੈਗਾ ਆ, ਤੇ ਇਹ ਚੱਕਰ ਕਈ ਵਾਰੀ ਦੁਹਰਾਉਣਾ ਹੈਗਾ। ਇਸ ਕਰਕੇ ਇਹਨੂੰ 4 7 8 ਦੀ ਟੈਕਨੀਕ ਜਿਹੜੀ ਆ ਉਹ ਕਹਿੰਦੇ ਹੈਗੇ ਆ। ਇਸ ਦੇ ਨਾਲ ਕੀ ਹੁੰਦਾ ਆ ਕਿ ਸਾਡੀ ਜਿਹੜੀ ਦਿਮਾਗੀ ਪ੍ਰਣਾਲੀ ਹੈਗੀ ਆ ਉਹਨੂੰ ਇਹ ਕੰਮ ਕਰਦਾ, ਸ਼ਾਂਤ ਕਰਦਾ ਹੈਗਾ ਆ, ਤੇ ਆਰਾਮ, ਰਿਲੈਕਸੇਸ਼ਨ ਤੇ ਸ਼ਾਂਤੀ ਦੀ ਭਾਵਨਾ, ਜਿਹੜੀ ਟ੍ਰੈਂਕੁਲਿਟੀ ਹੈਗੀ ਆ, ਉਹ ਪੈਦਾ ਕਰਦਾ ਹੈ ਮਾਈਂਡ ਦੇ ਵਿੱਚ। ਇਹਦੇ ਨਾਲ ਜਿਹੜੀ ਨੀਂਦ ਦੀ ਗੁਣਵੱਤਾ ਹੈ, ਕੁਆਲਿਟੀ ਆਫ ਸਲੀਪ ਹੈਗੀ ਆ, ਉਹਦੇ ਵਿੱਚ ਇੰਪਰੂਵਮੈਂਟ ਹੁੰਦੀ ਹੈਗੀ ਆ। ਫਿਰ ਇਸ ਤੋਂ ਅਗਲੀ ਤਕਨੀਕ ਕਿਹੜੀ ਹੈਗੀ ਆ, ਵਿਕਲਪਕ ਨੱਕ ਰਾਹੀਂ ਸਾਹ ਲੈਣਾ, ਮਤਲਬ ਆਲਟਰਨੇਟ ਨਾਸਾਂ ਰਾਹੀਂ ਸਾਹ ਲੈਣਾ ਹੈਗਾ ਆ। ਇਹਨੂੰ ਨਾੜੀ ਸ਼ੋਧਨਾ ਵੀ ਕਹਿੰਦੇ ਹੈਗੇ ਆ। ਇਹ ਤਕਨੀਕ ਕਿਹੜੀ ਹੈਗੀ ਆ ਕਿ ਰੀੜ ਦੀ ਸਿੱਧੀ ਹੱਡੀ ਦੇ ਨਾਲ ਆਰਾਮ ਨਾਲ ਬੈਠਣਾ ਹੈਗਾ ਆ, ਇੱਕ ਨੱਕ ਨੂੰ ਗੂਠੇ ਨਾਲ ਬੰਦ ਕਰ ਲੈਣਾ ਹੈ, ਤੇ ਸਾਹ ਜਿਸ ਤਰ੍ਹਾਂ ਹੁਣ ਸੱਜੇ ਨਾਸਾਂ ਨੂੰ ਬੰਦ ਕਰ ਲਿਆ, ਤੇ ਖੱਬੇ ਰਾਹੀਂ ਅਸੀਂ ਸਾਹ ਅੰਦਰ ਖਿੱਚਣਾ ਹੈਗਾ ਆ, ਤੇ ਆਪਣੀ ਰਿੰਗ ਫਿੰਗਰ ਜਿਹੜੀ ਹੈ, ਚੀਚੀ ਦੇ ਨਾਲ ਵਾਲੀ ਫਿੰਗਰ ਹੈਗੀ ਆ, ਉਹਦੇ ਨਾਲ ਦੂਜੀ ਨੱਕ ਨੂੰ ਬੰਦ ਕਰਨਾ ਆ ਫਿਰ, ਤੇ ਪਹਿਲੀ ਨੱਕ ਰਾਹੀਂ ਸਾਹ ਬਾਹਰ ਪਹਿਲਾਂ ਕੱਢਣਾ ਹੈਗਾ ਆ, ਫਿਰ ਉਹਦੇ ਨਾਲ ਸਾਹ ਲੈਣਾ ਹੈਗਾ ਆ, ਇਸ ਤਰ੍ਹਾਂ ਇੱਕ ਦੂਜੇ ਰਾਹੀਂ ਸਾਹ ਛੱਡਣਾ ਹੈਗਾ ਆ। ਇਹ ਵੀ ਕਈ ਚੱਕਰ ਦੁਹਰਾਣੇ ਹੈਗੇ ਆ। ਇਹਦੇ ਨਾਲ ਕੀ ਲਾਭ ਹੁੰਦਾ ਆ, ਇਹਦੇ ਵਿੱਚ ਸਰੀਰ ਦੀ ਜਿਹੜੀ ਊਰਜਾ ਚੈਨਲ ਹੈਗੀ ਆ ਉਹਨਾਂ ਨੂੰ ਸੰਤੁਲਿਤ ਕਰਦਾ ਹੈ, ਜਿਹੜੀਆਂ ਰਾਈਟ ਔਰ ਲੈਫਟ ਏਡਾ ਤੇ ਪਿੰਗਲਾ ਨਾੜੀ ਹੈਗੀ ਆ ਉਹ ਸੰਤੁਲਿਤ ਹੁੰਦੀ ਆ, ਬੈਲੈਂਸ ਹੁੰਦੀ ਹੈਗੀ ਆ, ਮਨ ਨੂੰ ਸਾਫ਼ ਕਰਦਾ ਹੈ, ਤੇ ਮਾਨਸਿਕ ਸਪਸ਼ਟਤਾ ਜਿਹੜੀ ਮੈਂਟਲ ਕਲੈਰਿਟੀ ਹੈਗੀ ਆ ਉਹਨੂੰ ਉਤਸ਼ਾਹਿਤ ਕਰਦਾ ਹੈਗਾ ਆ, ਸਟ੍ਰੈਸ ਤੇ ਐਂਗਜ਼ਾਇਟੀ ਜਿਹੜੀ ਆ ਉਹਦੇ ਨਾਲ ਇਹ ਦੂਰ ਕਰਦਾ ਹੈਗਾ ਆ। ਇਹ ਸਾਹ ਦੀ ਤਕਨੀਕ ਹੈਗੀ ਆ ਜਿਹੜੀ ਕਿ ਤੁਹਾਨੂੰ ਲਗਾਤਾਰ ਕਰਨੀ ਚਾਹੀਦੀ ਹੈਗੀ ਆ। ਇਹਨੂੰ ਅਸੀਂ ਆਲਟਰਨੇਟ ਬਰੀਦਿੰਗ ਐਕਸਰਸਾਈਜ਼ ਕਹਿੰਦੇ ਹੈਗੇ ਆ।
ਫਿਰ ਰੈਜ਼ੋਨੈਂਟ ਜਾਂ ਇਕਸਾਰ ਸਾਹ ਲੈਣਾ ਹੈਗਾ ਆ। ਇਸ ਤਕਨੀਕ ਵਿੱਚ ਕੀ ਹੈ ਕਿ ਹੌਲੀ ਹੌਲੀ ਅਤੇ ਡੂੰਘਾਈ ਨਾਲ ਸਾਹ ਲਓ ਅਤੇ ਸਾਹ ਛੱਡੋ। ਇੱਕ ਖਾਸ ਗੂੰਜ ਦੀ ਸਪੈਸੀਫਿਕ ਰੈਜ਼ੋਨੈਂਟ ਫ੍ਰੀਕੁਐਂਸੀ ਲਈ ਟੀਚਾ ਰੱਖੋ, ਉਦਾਹਰਣ ਲਈ 6 ਸਾਹ ਪ੍ਰਤੀ ਮਿੰਟ, ਮਤਲਬ 10-10 ਸੈਕਿੰਡ ਦੇ ਸਾਹ ਦੇ ਸਾਈਕਲ ਜਿਹੜੇ ਹੈਗੇ ਆ ਉਹ ਬਰਕਰਾਰ ਰੱਖਣੇ ਹੈਗੇ ਆ, ਔਰ ਉਹਦੇ ਨਾਲ ਇਹ ਜਿਹੜੀ ਲੈਅ ਹੈਗੀ ਆ, ਤੁਹਾਡੀ ਰਿਦਮ ਹੈਗੀ ਆ, ਉਹ ਬਰਕਰਾਰ ਰਹਿੰਦੀ ਹੈਗੀ ਆ। ਤੇ ਇਹਦੇ ਲਈ ਤੁਸੀਂ ਗਿਣਤੀ ਦੀ ਵਰਤੋਂ ਵੀ ਕਰ ਸਕਦੇ ਹੈਗੇ ਆ, ਜਾਂ ਕੋਈ ਬ੍ਰੈਥ ਪੇਸਰ ਜਿਹੜਾ ਹੈਗਾ ਆ ਉਹ ਤੁਸੀਂ ਲਗਾ ਸਕਦੇ ਹੈਗੇ ਆ, ਔਰ ਕਈ ਮਿੰਟਾਂ ਲਈ ਇਹਦਾ ਅਭਿਆਸ ਕਰਨਾ ਚਾਹੀਦਾ ਹੈਗਾ ਆ। ਔਰ ਇਹਦੇ ਲਾਭ ਕੀ ਹੈ, ਇਹਦੇ ਨਾਲ ਬੈਨੀਫਿਟਸ ਕੀ ਹੁੰਦੇ ਆ ਕਿ ਇਹ ਦਿਲ ਦੀ ਦਰਦ ਦੀ ਪਰਿਵਰਤਨਸ਼ੀਲਤਾ ਜਿਹੜੀ ਹੈਗੀ ਆ ਉਹਨੂੰ ਵਧਾਉਂਦਾ ਹੈਗਾ ਆ, ਹਾਰਟ ਰੇਟ ਵੇਰੀਏਬਿਲਿਟੀ ਆ ਜਿਹੜੀ ਉਹਨੂੰ ਇਹ ਵਧਾਉਂਦਾ ਹੈਗਾ ਆ, ਭਾਵਨਾਤਮਕ ਨਿਯਮ ਜਿਹੜੇ ਇਮੋਸ਼ਨਲ ਰੈਗੂਲੇਸ਼ਨ ਨੂੰ ਸੁਧਾਰਦਾ ਹੈਗਾ ਆ, ਔਰ ਇੱਕ ਸ਼ਾਂਤ ਤੇ ਕੇਂਦਰਿਤ ਅਵਸਥਾ ਜਿਹੜੀ ਹੈਗੀ ਆ, ਸੈਂਟਰਡ ਸਟੇਟ ਹੈਗੀ ਆ, ਉਹਨੂੰ ਇਹ ਉਤਸ਼ਾਹਿਤ ਕਰਦਾ ਹੈਗਾ ਆ। ਇਹਦੇ ਨਾਲ ਕੀ ਆ ਕਿ ਕਈ ਵਾਰੀ ਉਹ ਮਤਲਬ ਆਵਾਜ਼ ਵੀ ਕੱਢਣੀ ਪੈਂਦੀ ਹੈਗੀ ਆ, ਜਿਹਦੇ ਨਾਲ ਕਿ ਵਾਈਬ੍ਰੇਸ਼ਨ ਜਿਹੜੀਆਂ ਹੁੰਦੀਆਂ ਆ ਉਹ ਤੁਹਾਨੂੰ ਪਤਾ ਲੱਗ ਜਾਂਦੀਆਂ ਹੈਗੀਆਂ ਔਰ ਸੁਣਨ ਦੀਆਂ ਹੈਗੀਆਂ। ਜਿੱਦਾਂ ਮਾਂ ਦਾ ਲਫ਼ਜ਼ ਤੁਸੀਂ ਬੋਲਦੇ ਹੈਗੇ ਆ ਤਾਂ ਉਹਦੇ ਨਾਲ ਰੈਜ਼ੋਨੈਂਸ ਹੁੰਦੀ ਆ, ਔਰ ਤੁਹਾਡੀ ਫ੍ਰੀਕੁਐਂਸੀ ਜਿਹੜੀ ਹੈਗੀ ਆ ਉਹ ਮਤਲਬ ਪਤਾ ਲੱਗਦਾ ਹੈਗਾ ਆ। ਫਿਰ ਪ੍ਰਗਤੀਸ਼ੀਲ ਆਰਾਮ ਸਾਹ ਜਿਹੜੀ ਕਿ ਪ੍ਰੋਗਰੈਸਿਵ ਰਿਲੈਕਸੇਸ਼ਨ ਬਰੀਦਿੰਗ ਹੈਗੀ ਆ, ਉਹਦੇ ਵਿੱਚ ਕੀ ਹੁੰਦਾ ਆ ਕਿ ਹੌਲੀ ਹੌਲੀ ਸਾਹ ਲਓ, ਮਾਸਪੇਸ਼ੀਆਂ ਨੂੰ ਖਿੱਚੋ, ਫਿਰ ਤਣਾਅ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਸਾਹ ਨੂੰ ਥੋੜੇ ਸਮੇਂ ਲਈ ਰੋਕੋ, ਤਣਾਅ ਨੂੰ ਛੱਡ ਕੇ ਪੂਰੀ ਤਰ੍ਹਾਂ ਸਾਹ ਛੱਡੋ, ਵੱਖ ਵੱਖ ਮਾਸਪੇਸ਼ੀ ਸਮੂਹਾਂ ਲਈ ਦੁਹਰਾਓ, ਉਂਗਲਾਂ ਤੋਂ ਸ਼ੁਰੂ ਸਿਰ ਤੱਕ ਸ਼ੁਰੂ ਕਰੋ। ਪਹਿਲਾਂ ਤੁਸੀਂ ਆਪਣੇ ਪੈਰਾਂ ਦੀਆਂ ਜਿਹੜੀਆਂ ਟੋਜ਼ ਹੈਗੀਆਂ ਆ ਉਹਨਾਂ ਨੂੰ ਸ਼ੁਰੂ ਕਰਨਾ ਹੈਗਾ ਆ, ਫਿਰ ਉਹਦੇ ਵਿੱਚ ਤੁਹਾਡੇ ਉੱਪਰਲੇ ਕਾਫਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਆਉਣਾ ਹੈਗਾ ਆ, ਫਿਰ ਉੱਪਰ ਤੁਹਾਡੇ ਥਾਈਜ਼ ਜਿਹੜੇ ਹੈਗੇ ਆ, ਪੱਟ ਹੈਗੇ ਆ ਉੱਥੇ ਤੱਕ ਆਉਣਾ ਹੈਗਾ ਆ, ਤੇ ਇਸ ਤਰ੍ਹਾਂ ਤੁਸੀਂ ਫਿਰ ਪੇਟ ਦੇ ਵਿੱਚ ਉਹਨਾਂ ਨੂੰ ਤੁਸੀਂ ਟਾਈਟ ਕਰਨਾ ਹੈਗਾ ਆ, ਫਿਰ ਹੌਲੀ ਹੌਲੀ ਤੁਸੀਂ ਆਪਣੇ ਚੈਸਟ ਨੂੰ ਕਰਨਾ ਹੈਗਾ ਆ, ਫਿਰ ਬਾਹਾਂ ਨੂੰ ਹੱਥਾਂ ਨੂੰ ਕਰਨਾ ਹੈਗਾ, ਗਰਦਨ ਨੂੰ ਕਰਨਾ ਹੈਗਾ ਆ, ਔਰ ਇਸ ਤਰ੍ਹਾਂ ਸਾਰੇ ਬਾਡੀ ਨੂੰ ਤੁਸੀਂ ਟਾਈਟ ਕਰਕੇ ਔਰ ਉਹਦੇ ਨਾਲ ਤੁਸੀਂ ਆਪਣੇ ਸਾਹ ਨੂੰ ਕਰਨਾ ਹੈਗਾ ਆ। ਇਹਨੂੰ ਅਸੀਂ ਪ੍ਰੋਗਰੈਸਿਵ ਕਹਿੰਦੇ ਹੈਗੇ ਆ, ਜਿਸ ਤਰ੍ਹਾਂ ਕਿ ਪਹਿਲਾਂ ਤੁਸੀਂ ਜਿਸ ਤਰ੍ਹਾਂ ਜੇ ਅਸੀਂ ਪ੍ਰੈਕਟੀਕਲ ਕਰੀਏ ਤਾਂ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਜਦੋਂ ਸਾਹ ਖਿੱਚਣਾ ਹੈਗਾ ਆ ਤੇ ਆਪਣੀਆਂ ਜਿਹੜੀਆਂ ਟੋਜ਼ ਹੈਗੀਆਂ, ਦੋਨੋਂ ਹੀ ਟੋਜ਼ ਹੈਗੀਆਂ, ਉਹਨਾਂ ਨੂੰ ਨੀਚੇ ਵੱਲ ਨੂੰ ਟਾਈਟ ਕਰਨਾ ਹੈਗਾ ਆ, ਔਰ ਟਾਈਟ ਕਰਕੇ ਫਿਰ ਤੁਸੀਂ ਉਹਨਾਂ ਨੂੰ 5-10 ਮਿੰਟ 5-10 ਸੈਕਿੰਡ ਦੇ ਲਈ ਰੱਖਣਾ ਹੈਗਾ ਆ, ਫਿਰ ਉਹਨਾਂ ਨੂੰ ਰਿਲੈਕਸ ਕਰਨਾ ਹੈਗਾ ਆ। ਰਿਲੈਕਸ ਜਦੋਂ ਤੁਸੀਂ ਰਿਲੈਕਸ ਕਰਨਾ ਆ ਉਸ ਵੇਲੇ ਸਾਹ ਛੱਡਣਾ ਹੈਗਾ ਆ, ਫਿਰ ਤੁਸੀਂ ਆਪਣੇ ਜਿਹੜੇ ਕਾਫਸ ਹੈਗੇ, ਕਾਫ ਮਸਲ ਹੈਗੇ ਆ, ਪਿੰਡਲੀਆਂ ਹੈਗੀਆਂ ਆ, ਉਹਨਾਂ ਨੂੰ ਟਾਈਟ ਕਰਨਾ ਆ ਤੇ ਆਪਣੇ ਪੈਰਾਂ ਨੂੰ ਨੀਚੇ ਵੱਲ ਨੂੰ ਟਾਈਟ ਕਰਨਾ ਹੈਗਾ ਆ ਜਦੋਂ ਸਾਹ ਖਿੱਚਦੇ ਹੈਗੇ ਆ, ਤੇ ਉਹ 5-10 ਸੈਕਿੰਡ ਲਈ ਤੁਸੀਂ ਇਹਨੂੰ ਸਾਹ ਨੂੰ ਖਿੱਚਣਾ ਆ ਔਰ ਰੱਖਣਾ ਆ, ਔਰ ਜਿਹੜੀ ਤੁਹਾਡੀ ਟਾਈਟਨੈਸ ਹੈਗੀ ਆ ਉਹ 5-10 ਸੈਕਿੰਡ ਲਈ ਚਾਹੀਦੀ ਹੈਗੀ ਆ। ਬਾਅਦ ਦੇ ਵਿੱਚ ਤੁਸੀਂ ਰਿਲੈਕਸ ਜਦੋਂ ਕਰਨਾ ਹੌਲੀ ਹੌਲੀ, ਤੇ ਜਿਹੜੀ
ਤੁਹਾਡੀ ਟਾਈਟਨੈਸ ਹੈਗੀ ਆ ਪਿੰਡਲੀਆਂ ਦੀ, ਉਹ ਛੱਡਣੀ ਹੈਗੀ ਆ, ਤੇ ਸਾਹ ਦੀ ਜਿਹੜੀ ਤੁਹਾਡੀ ਗਤੀ ਹੈਗੀ ਆ ਉਹ ਤੁਸੀਂ ਐਕਸੇਲ ਕਰਨਾ ਹੈ, ਬਾਹਰ ਕੱਢਣਾ ਹੈਗਾ ਆ। ਇਸੇ ਤਰ੍ਹਾਂ ਤੁਸੀਂ ਆਪਣੇ ਗੋਡਿਆਂ ਨੂੰ ਵੀ ਇਸ ਤਰ੍ਹਾਂ ਕਰਨਾ ਹੈ, ਫਿਰ ਤੁਸੀਂ ਆਪਣੇ ਉੱਪਰ ਵਾਲੇ ਅਪਰ ਲੈਗ ਨੂੰ ਵੀ ਟਾਈਟ ਕਰਨਾ ਹੈਗਾ ਆ। ਇਸ ਤਰ੍ਹਾਂ ਤੁਸੀਂ ਪੇਟ ਨੂੰ ਵੀ ਟਾਈਟ ਕਰਨਾ ਹੈ, ਜਦੋਂ ਤੁਸੀਂ ਸਾਹ ਲੈਣਾ ਹੈ ਉਸ ਵੇਲੇ ਟਾਈਟ ਕਰਨਾ ਹੈ, ਜਦੋਂ ਤੁਸੀਂ ਛੱਡਣਾ ਹੈ ਉਹਨੂੰ ਰਿਲੈਕਸ ਕਰਨਾ ਹੈ। ਇਹਨੂੰ ਅਸੀਂ ਪ੍ਰਗਤੀਸ਼ੀਲ ਆਰਾਮ ਸਾਹ ਲੈਣਾ ਕਹਿੰਦੇ ਹੈਗੇ ਆ। ਔਰ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ, ਇਹਨੂੰ ਪ੍ਰਭਾਵੀ ਅਭਿਆਸ ਲਈ ਇੱਕ ਸੁਝਾਅ ਹੈਗਾ ਆ ਕਿ ਇਹਦੇ ਲਈ ਇੱਕ ਸ਼ਾਂਤ ਤੇ ਆਰਾਮਦਾਇਕ ਜਗ੍ਹਾ ਲੱਭਣੀ ਚਾਹੀਦੀ ਹੈਗੀ ਆ, ਜਿਹਦੇ ਵਿੱਚ ਅਸੀਂ ਰੈਗੂਲਰਲੀ ਅਭਿਆਸ ਕਰਨਾ ਹੈਗਾ ਤੇ ਆਇਡਲੀ ਰੋਜ਼ਾਨਾ ਇਹਨੂੰ ਆਪਣੇ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ ਹੈਗਾ ਆ। ਇਹ ਸਮੂਥ ਤੇ ਕੰਟਰੋਲਡ ਸਾਹਾਂ ਤੇ ਧਿਆਨ ਕੇਂਦਰਿਤ ਕਰਨਾ ਹੈਗਾ ਆ, ਤੇ ਐਡਿਡ ਰਿਲੈਕਸੇਸ਼ਨ ਲਈ ਵਿਜੁਅਲਾਈਜੇਸ਼ਨ ਜਾਂ ਸਕਾਰਾਤਮਕ ਪੁਸ਼ਟੀਕਰਨ ਦਾ ਮਤਲਬ ਕਿ ਪੋਜ਼ਿਟਿਵ ਅਫਰਮੇਸ਼ਨ ਦੇ ਨਾਲ ਇਹਨੂੰ ਜੋੜ ਕੇ ਅਸੀਂ ਇਹ ਕਰ ਸਕਦੇ ਹੈਗੇ ਹਾਂ। ਇਹਦੀ ਸੰਖੇਪ ਦੇ ਵਿੱਚ ਇਹਦੀ ਅਭਿਆਸ ਕਰਨ ਦੇ ਕੀ ਲਾਭ ਹੋ ਸਕਦੇ ਆ? ਆਰਾਮ ਲਈ ਸਾਹ ਲੈਣ ਦੇ ਅਭਿਆਸ ਬਹੁਮੁਖੀ ਸਾਧਨ ਹਨ, ਜਿਨ੍ਹਾਂ ਨੂੰ ਵਿਅਕਤੀਗਤ ਤਰਜੀਹਾਂ ਇੰਡੀਵਿਜੁਅਲ ਪ੍ਰੈਫਰੈਂਸਿਸ ਦੇ ਅਨੁਕੂਲ ਬਣਾਇਆ ਅਡੈਪਟਡ ਕੀਤਾ ਜਾ ਸਕਦਾ ਹੈ। ਨਿਯਮਤ ਅਭਿਆਸ ਤਣਾਅ ਨੂੰ ਘਟਾਉਣ, ਜੇ ਸਾਡਾ ਸਟ੍ਰੈਸ ਲੈਵਲ ਆ ਉਹਨੂੰ ਅਸੀਂ ਘਟਾਉਣ ਦੇ ਵਿੱਚ, ਜਾਂ ਮੈਂਟਲ ਕਲੈਰਿਟੀ ਲੈਣ ਲਈ, ਤੇ ਓਵਰਆਲ ਜਿਹੜੀ ਸਾਡੀ ਤੰਦਰੁਸਤੀ ਹੈਗੀ ਆ ਉਹਨੂੰ ਅਸੀਂ ਉਤਸ਼ਾਹਿਤ ਕਰਨ ਤੇ ਡੂੰਘਾ ਪ੍ਰਭਾਵ ਪਾ ਸਕਦਾ ਹੈ। ਇਹ ਅਸੀਂ ਅਗਰ ਡੇਲੀ ਕਰਦੇ ਹੈਗੇ ਆ ਤਾਂ ਅਸੀਂ ਇਹ ਸਾਰੇ ਬੈਨੀਫਿਟਸ ਲੈ ਸਕਦੇ ਹੈਗੇ ਆ। ਪ੍ਰੋਗਰੈਸਿਵ ਮਸਲ ਰਿਲੈਕਸੇਸ਼ਨ, ਪ੍ਰਗਤੀਸ਼ੀਲ ਮਾਸਪੇਸ਼ੀ ਆਰਾਮ ਇੱਕ ਢੰਗ ਹੈ ਜਿਸ ਵਿੱਚ ਤਣਾਅ ਜਿਹੜਾ ਟੈਂਸਿੰਗ ਸ਼ਾਮਲ ਹੁੰਦਾ ਹੈ, ਅਤੇ ਫਿਰ ਹੌਲੀ ਹੌਲੀ ਵੱਖ ਵੱਖ ਮਾਸਪੇਸ਼ੀ ਸਮੂਹਾਂ ਨੂੰ ਸਰੀਰਕ ਤੇ ਮਾਨਸਿਕ ਆਰਾਮ ਦੇਣ ਲਈ ਜਾਰੀ ਕੀਤਾ ਜਾਂਦਾ ਹੈ। ਇਹ ਜਿਹੜੀ ਪ੍ਰੋਗਰੈਸਿਵ ਮਸਲ ਰਿਲੈਕਸੇਸ਼ਨ ਹੈ ਇਹ ਵੀ ਇਹ ਪਹਿਲੇ ਵਾਂਗੂ ਹੀ ਹੈ, ਪਰ ਇਹਦੇ ਵਿੱਚ ਅਸੀਂ ਸ਼ੁਰੂਆਤ ਕਿੱਦਾਂ ਕਰਨੀ ਹੈ ਕਿ ਇੱਕ ਆਰਾਮਦਾਇਕ ਵਾਤਾਵਰਣ ਦੇ ਵਿੱਚ ਅਸੀਂ ਲੇਟਣਾ ਹੈਗਾ ਆ, ਤੇ ਇੱਕ ਸ਼ਾਂਤ ਤੇ ਆਰਾਮਦਾਇਕ ਜਗ੍ਹਾ ਲੱਭਣੀ ਆ ਜਿੱਥੇ ਤੁਸੀਂ ਬੈਠ ਸਕਦੇ ਆ ਜਾਂ ਲੇਟ ਸਕਦੇ ਆ। ਇਹਦੇ ਵਿੱਚ ਜਿਹੜੇ ਕਲੋਥਿੰਗਸ ਹੈਗੀ ਆ ਤੁਹਾਡੀ ਬਹੁਤ ਲੂਜ਼ ਹੋਣੀ ਚਾਹੀਦੀ ਹੈਗੀ ਆ, ਤੇ ਢਿੱਲੇ ਕੱਪੜੇ ਪਾ ਕੇ ਤੁਸੀਂ ਆਰਾਮ ਦੇ ਕੱਪੜੇ ਪਾ ਕੇ, ਤੇ ਮੂਵਮੈਂਟ ਜਿਹੜੀ ਤਾਂ ਕਿ ਤੁਹਾਡੀ ਜਿਹੜੀ ਹੈਗੀ ਆ ਉਹਦੇ ਉੱਤੇ ਤੁਹਾਡਾ ਕੋਈ ਮਤਲਬ ਰੈਜ਼ਿਸਟੈਂਸ ਨਾ ਹੋਵੇ, ਤੇ ਇਸ ਤਰ੍ਹਾਂ ਤੁਸੀਂ ਇਹਨੂੰ ਕਰ ਸਕਦੇ ਆ। ਇਹਦੇ ਵਿੱਚ ਹਰੇਕ ਮਾਸਪੇਸ਼ੀ ਸਮੂਹ ਜਿਹੜਾ ਹੈਗਾ ਆ, ਮਸਲ ਦਾ ਜਿਹੜਾ ਗਰੁੱਪ ਹੈਗਾ ਆ, ਇਹਦੇ ਵਿੱਚ ਇਹਨਾਂ ਦੀ ਪਾਲਣਾ ਕਰਨੀ ਹੈਗੀ ਆ। ਪਹਿਲਾਂ ਹੈਗੀ ਆ ਤਣਾਅ ਫੇਜ਼, ਜਿਹਨੂੰ ਅਸੀਂ ਟੈਂਸ਼ਨ ਫੇਜ਼ ਕਹਿੰਦੇ ਹੈਗੇ ਆ, ਜਿੱਦਾਂ ਕਿ ਪੈਰ ਦੀਆਂ ਉਂਗਲਾਂ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਕਿ ਉਹਨਾਂ ਨਾਲ ਅਸੀਂ ਸ਼ੁਰੂ ਕਰਦੇ ਹੈਗੇ ਆ। ਤਣਾਅ ਮਹਿਸੂਸ ਕਰਦੇ ਹੋਏ ਆਪਣੇ ਪੈਰਾਂ ਦੀਆਂ ਉਂਗਲਾਂ ਨੂੰ 5-10 ਸੈਕਿੰਡਾਂ ਲਈ ਕੱਸ ਕੇ ਘੁਮਾਉਣਾ ਚਾਹੀਦਾ, ਥੱਲੇ ਨੂੰ ਨੀਚੇ ਨੂੰ ਕਰਨਾ ਚਾਹੀਦਾ ਹੈਗਾ ਆ। ਫਿਰ ਟਾਈਟਨੈਸ ਜਦੋਂ ਹੋਵੇ ਤਾਂ ਉਹਦੇ ਤੇ ਧਿਆਨ ਕੇਂਦਰਿਤ ਕਰਨਾ ਹੈਗਾ ਆ, ਉਹ ਦੇਖਣਾ ਹੈ ਕਿ ਕਿੰਨੀ ਕੁ ਟਾਈਟਨੈਸ ਤੁਹਾਨੂੰ ਹੋ ਰਹੀ ਹੈਗੀ ਆ। ਫਿਰ ਪੈਰਾਂ ਨੂੰ ਤੇ ਆਪਣੇ ਕਾਫਜ਼ ਨੂੰ ਜਿਹੜੀਆਂ ਪਿੰਡਲੀਆਂ ਹੈਗੀਆਂ ਆ ਉਹਨਾਂ ਤੇ ਖਿਆਲ ਕਰਨਾ ਹੈਗਾ ਆ। ਆਪਣੇ ਪੈਰਾਂ ਤੇ ਪਿੰਡਲੀਆਂ ਵਿੱਚ ਮਾਸਪੇਸ਼ੀਆਂ ਨੂੰ ਖਿੱਚਦੇ ਹੋਏ
ਆਪਣੇ ਪੈਰਾਂ ਦੀਆਂ ਉਂਗਲਾਂ ਨੂੰ ਹੇਠਾਂ ਵੱਲ ਇਸ਼ਾਰਾ ਕਰਨਾ, ਨੀਚੇ ਨੂੰ ਤੁਸੀਂ ਘੁਮਾਉਣਾ ਹੈਗਾ ਆ। ਇਹ ਤਣਾਅ ਨੂੰ ਸਵੀਕਾਰ ਐਕਨੋਲਜ ਕਰਦੇ ਹੋਏ 5-10 ਸੈਕਿੰਡਾਂ ਲਈ ਇਹਨੂੰ ਹੋਲਡ ਕਰਨਾ ਹੈਗਾ ਆ, ਉਦਾਂ ਹੀ ਰੱਖਣਾ ਹੈਗਾ ਆ। ਔਰ ਫੇਰ ਕੀ ਕਰਨਾ ਹੈਗਾ ਆ, ਫੇਰ ਥਾਈਜ਼ ਜਿਹੜੇ ਹੈਗੇ ਆ ਸਾਡੇ ਪੱਟ ਹੈਗੇ ਆ, ਇਹਨਾਂ ਨੂੰ ਕਰਨਾ ਹੈ ਆਪਣੇ ਗੋਡਿਆਂ ਨੂੰ ਇਕੱਠੇ, ਦੋਨਾਂ ਗੋਡਿਆਂ ਨੂੰ ਮਿਲਾ ਕੇ ਤੇ ਪੱਟਾਂ ਦੀਆਂ ਮਾਸਪੇਸ਼ੀਆਂ ਨੂੰ ਕੱਸਣਾ ਹੈਗਾ ਆ। 5-10 ਸੈਕਿੰਡਾਂ ਲਈ ਤਣਾਅ ਨੂੰ ਬਣਾਈ ਰੱਖਣਾ ਹੈਗਾ ਆ ਤੇ ਉਹਦੇ ਵੱਲ ਧਿਆਨ ਰੱਖਣਾ ਹੈਗਾ ਹੈ ਕਿ ਉਹ ਕਿਸ ਤਰ੍ਹਾਂ ਦਾ ਤੁਹਾਡਾ ਤਣਾਅ ਜਿਹੜਾ ਹੈਗਾ ਆ ਉਹ ਬਣਦਾ ਹੈਗਾ ਆ। ਫਿਰ ਤੁਹਾਡੀਆਂ ਜਿਹੜੀਆਂ ਬਟਕਸ ਹੈਗੀਆਂ, ਬੈਠਣ ਵਾਲੇ ਮਸਲਸ ਹੈਗੇ ਆ, ਉਹਨਾਂ ਦੀਆਂ ਮਾਸਪੇਸ਼ੀਆਂ ਨੂੰ ਤਣਾਅ ਮਹਿਸੂਸ ਕਰਦੇ ਹੋਏ ਆਪਣੇ ਬਟਕਸ ਨੂੰ ਉੱਪਰ ਨੂੰ ਦਬਾਉ ਕਰਨਾ ਹੈ, ਖਿੱਚਣਾ ਹੈਗਾ ਆ। ਉਹਦੀ ਜਿਹੜੀ ਸੈਂਸੇਸ਼ਨ ਹੈਗੀ ਆ ਉਹਨੂੰ ਦੇਖਦੇ ਹੋਏ 5-10 ਸੈਕਿੰਡਾਂ ਲਈ ਹੋਲਡ ਕਰਨਾ, ਉਸ ਟੈਂਸ਼ਨ ਨੂੰ ਹੋਲਡ ਕਰਨਾ ਹੈਗਾ ਆ। ਫਿਰ ਤੁਹਾਡਾ ਪੇਟ ਜਿਹੜਾ ਹੈਗਾ ਆ, ਪੇਟ ਦੀਆਂ ਮਾਸਪੇਸ਼ੀਆਂ ਨੂੰ ਕੱਸਣਾ ਹੈਗਾ ਆ, ਉਹਨਾਂ ਨੂੰ ਅੰਦਰ ਵੱਲ ਖਿੱਚਣਾ ਹੈਗਾ ਆ। 5-10 ਸੈਕਿੰਡਾਂ ਲਈ ਤਣਾਅ ਨੂੰ ਜਿਹੜਾ ਆ ਉਹ ਬਣਾਈ ਰੱਖਣਾ ਆ ਤੇ ਉਹ ਪੇਟ ਨੂੰ ਅੰਦਰ ਖਿੱਚੀ ਜਾਣਾ ਹੈਗਾ ਆ। ਇਸ ਤੋਂ ਬਾਅਦ ਜਿਹੜੇ ਹੱਥ ਹੈਗੇ ਆ ਤੇ ਬਾਹਾਂ ਹੈਗੀਆਂ ਆ, ਇਹਨਾਂ ਦੀਆਂ ਜਿਹੜੀਆਂ ਮੁੱਠੀਆਂ ਹੈਗੀਆਂ ਉਹਨਾਂ ਨੂੰ ਕਲੈਂਚ ਫਿਸਟ ਜਿੱਦਾਂ ਮੁੱਠੀਆਂ ਬੰਦ ਕਰਦੇ ਆ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਨੂੰ ਕੱਸਣਾ ਹੈਗਾ ਆ ਤੇ 5-10 ਸੈਕਿੰਡ ਲਈ ਹੋਲਡ ਕਰਨਾ ਹੈ। ਇਹਦੇ ਨਾਲ ਫਿਰ ਬਾਅਦ ਦੇ ਵਿੱਚ ਬਾਈਸੈਪਸ ਜਿਹੜਾ ਹੈ, ਆਹ ਮਸਲ ਹੈਗਾ ਬਾਈਸੈਪਸ ਹੈਗਾ, ਇਹਨੂੰ ਬਾਹਾਂ ਨੂੰ ਉਹ ਸਰੀਰ ਦੇ ਨੇੜੇ ਲਿਆ ਕੇ ਆਪਣੇ ਬਾਈਸੈਪਸ ਨੂੰ ਫਲੈਕਸ ਕਰਨਾ ਔਰ ਟਾਈਟ ਕਰਨਾ ਹੈਗਾ ਆ। 5-10 ਸੈਕਿੰਡਾਂ ਲਈ ਇਹਨੂੰ ਆਪਣੇ ਬਾਈਸੈਪਸ ਵਿੱਚ ਤਣਾਅ ਮਹਿਸੂਸ ਕਰਨਾ ਹੈਗਾ ਆ। ਫਿਰ ਮੋਢੇ ਜਿਹੜੇ ਹੈਗੇ, ਸ਼ੋਲਡਰਸ ਹੈਗੇ ਆ, ਮੋਢੇ ਨੂੰ ਆਪਣੇ ਕੰਨਾਂ ਵੱਲ ਵਧਾਉਣਾ ਹੈ ਉੱਪਰ ਨੂੰ, ਇਸ ਤਰ੍ਹਾਂ ਵੀ ਵਧਾ ਸਕਦੇ ਹੋਗੇ। ਤੇ ਮੋਢੇ ਦੀਆਂ ਮਾਸਪੇਸ਼ੀਆਂ ਵਿੱਚ ਤਣਾਅ ਪੈਦਾ ਕਰਨਾ, 5-10 ਸੈਕਿੰਡਾਂ ਲਈ ਇਹਨੂੰ ਵੀ ਹੋਲਡ ਕਰਨਾ ਹੈਗਾ ਆ। ਇਹ ਤੁਸੀਂ ਕਰ ਸਕਦੇ ਆ, ਇਹਦੇ ਨਾਲ ਤੁਹਾਡਾ ਜਿਹੜਾ ਤਣਾਅ ਆ ਔਰ ਰਿਲੈਕਸੇਸ਼ਨ ਆ ਪੂਰੀ ਹੁੰਦੀ ਹੈਗੀ ਆ। ਫਿਰ ਜਿਹੜੀ ਤੁਹਾਡੀ ਗਰਦਨ ਹੈਗੀ ਆ, ਗਰਦਨ ਦੀਆਂ ਮਾਸਪੇਸ਼ੀਆਂ ਨੂੰ ਤਣਾਅ ਮਹਿਸੂਸ ਕਰਦੇ ਹੋਏ ਹੌਲੀ ਹੌਲੀ ਆਪਣੇ ਸਿਰ ਨੂੰ ਪਿੱਛੇ ਵੱਲ ਝੁਕਣਾ ਹੈ, ਪਿੱਛੇ ਨੂੰ ਕਰਨਾ ਆ ਤਾਂ ਕਿ ਇਹ ਜਿਹੜਾ ਤੁਹਾਡੇ ਗਰਦਨ ਦੇ ਮਸਲ ਹੈਗੇ ਆ ਉਹ ਟੈਂਸ ਹੋਣ। ਔਰ ਇਹ ਵੀ 5-10 ਸੈਕਿੰਡਾਂ ਲਈ ਤਣਾਅ ਨੂੰ ਬਣਾਇਆ ਹੀ ਰੱਖਣਾ ਹੈਗਾ ਆ। ਫਿਰ ਜਿਹੜਾ ਤੁਹਾਡਾ ਚਿਹਰਾ ਹੈਗਾ ਆ, ਆਪਣੇ ਚਿਹਰੇ ਨੂੰ ਇਸ ਤਰ੍ਹਾਂ ਤੇ ਜਿਹੜੇ ਆਪਣੀਆਂ ਅੱਖਾਂ ਨੂੰ ਕੱਸ ਕੇ ਬੰਦ ਕਰ ਲੈਣਾ ਹੈਗਾ ਆ ਤੇ ਜਿਹੜੇ ਤੁਹਾਡੇ ਜਵਾੜੇ ਹੈਗੇ ਆ ਉਹਨਾਂ ਨੂੰ ਕਲਿੰਚ ਕਰਨਾ, ਦਬਾਉਣਾ ਹੈਗਾ ਆ ਤਾਂ ਕਿ ਪੂਰੀ ਤਰ੍ਹਾਂ ਜਿਹੜੇ ਮਸਲਸ ਹੈਗੇ ਆ ਉਹ ਟਾਈਟ ਹੋ ਜਾਣ। ਇਹਨਾਂ ਨੂੰ ਵੀ 5-10 ਸੈਕਿੰਡ ਲਈ ਹੋਲਡ ਕਰਨਾ ਹੈਗਾ ਆ। ਫਿਰ ਤੁਹਾਡੇ ਆਰਾਮ ਰਿਲੈਕਸੇਸ਼ਨ ਦੇ ਵਿੱਚ ਹਰੇਕ ਮਾਸਪੇਸ਼ੀ ਸਮੂਹ ਵਿੱਚ ਤਣਾਅ ਨੂੰ ਅਚਾਨਕ ਅਤੇ ਪੂਰੀ ਸਡਨਲੀ ਤੇ ਕੰਪਲੀਟਲੀ ਛੱਡਣਾ ਹੈਗਾ ਆ। ਇੱਕ ਵਾਰੀ ਤੁਸੀਂ ਇਹਨੂੰ ਟੈਂਸ਼ਨ ਕਰ ਲਿਆ, ਫਿਰ ਤੁਸੀਂ ਰਿਲੈਕਸ ਕਰ ਲੈਣਾ ਸਾਰਾ। ਤਣਾਅ ਦੂਰ ਹੋਣ ਦੇ ਨਾਲ ਆਰਾਮ ਦੀ ਭਾਵਨਾ ਤੇ ਧਿਆਨ ਕੇਂਦਰਿਤ ਕਰਨਾ ਹੈ। ਜਦੋਂ ਤੁਹਾਡਾ ਤਣਾਅ ਸਾਰੇ ਸਰੀਰ ਦੇ ਵਿੱਚ ਦੂਰ ਹੋ ਜਾਏ, ਤੁਸੀਂ ਰਿਲੈਕਸਿੰਗ ਸਟੇਜ ਦੇ ਵਿੱਚ ਆ ਜਾਓ ਤੇ ਇੱਕਦਮ ਤੁਸੀਂ ਆਪਣੇ ਜਿਹੜੇ ਰਿਲੈਕਸੇਸ਼ਨ ਸਟੇਜ ਹੈਗੀ ਆ ਉਹਦੀ ਜਿਹੜੀ ਫੀਲਿੰਗ ਹੈਗੀ ਆ ਉਹਨੂੰ ਮਹਿਸੂਸ ਕਰਨਾ ਹੈਗਾ ਆ। ਧਿਆਨ ਦੇ ਨਾਲ ਫਿਰ ਸਾਹ ਲੈਣਾ, ਮਾਈਂਡਫੁਲ ਬਰੀਦਿੰਗ ਕਰਨੀ ਹੈਗੀ ਆ। ਜੇ ਤੁਹਾਡਾ ਜਿਹੜਾ ਸਾਹ ਅੰਦਰ ਜਾਂਦਾ ਆ ਉਹਦੇ ਬਾਰੇ ਤੁਹਾਨੂੰ ਖਿਆਲ ਹੋਣਾ ਚਾਹੀਦਾ ਤੇ ਬਾਹਰ ਆਉਂਦਾ ਉਹਨੂੰ ਵੀ ਉਹਦੇ ਬਾਰੇ ਖਿਆਲ ਹੋਣਾ ਚਾਹੀਦਾ। ਜਿਹੜਾ ਰਿਲੀਜ਼ ਫੇਜ਼ ਹੈਗੀ ਆ ਉਹਦੇ ਦੌਰਾਨ ਤੁਸੀਂ ਡੂੰਘੇ ਸਾਹ ਲੈਣੇ ਹੈਗੇ। ਜਦੋਂ ਤੁਹਾਡਾ ਰਿਲੈਕਸਿੰਗ ਫੇਜ਼ ਆ ਜਾਂਦਾ ਉਹਦੇ ਵਿੱਚ ਫਿਰ ਡੂੰਘੇ ਸਾਹ ਲੈਣੇ ਹੈਗੇ ਆ। ਜਦੋਂ ਤੁਸੀਂ ਤਣਾਅ ਵਿੱਚ ਹੋ ਤਾਂ ਸਾਹ ਲਓ, ਜਦੋਂ ਤੁਸੀਂ ਛੱਡਦੇ ਹੋ ਤਾਂ ਸਾਹ ਛੱਡੋ। ਜਦੋਂ ਤੁਸੀਂ ਟੈਂਸ ਕਰਦੇ ਹੈਗੇ ਆ ਉਸ ਵੇਲੇ ਸਾਹ ਲੈਣਾ ਚਾਹੀਦਾ ਹੈ। ਜਦੋਂ ਤੁਸੀਂ ਜਿਹੜੀ ਆਪਣੀ
ਮਸਲਸ ਦੀ ਟੈਨਸ਼ਨ ਹੈਗੀ ਉਹਨੂੰ ਰਿਲੀਜ਼ ਕਰਦੇ ਆ ਤਾਂ ਤੁਸੀਂ ਸਾਹ ਨੂੰ ਐਕਸੇਲ ਕਰਨਾ ਹੈਗਾ ਆ। ਸਰੀਰ ਦਾ ਫੁੱਲ ਬਾਡੀ ਰਿਲੈਕਸੇਸ਼ਨ ਹਰੇਕ ਮਾਸਪੇਸ਼ੀ ਸਮੂਹ ਵਿੱਚੋਂ ਲੰਘਣ ਤੋਂ ਬਾਅਦ ਆਪਣੇ ਪੂਰੇ ਸਰੀਰ ਨੂੰ ਆਰਾਮ ਦੇਣ ਲਈ ਕੁਝ ਪਲ ਕੱਢੋ, ਮਤਲਬ ਬਾਅਦ ਦੇ ਵਿੱਚ ਸਾਰੇ ਸਰੀਰ ਨੂੰ ਆਰਾਮ ਰਿਲੈਕਸ ਕਰਨ ਦੇ ਲਈ ਸ਼ਾਂਤ ਅਤੇ ਆਰਾਮ ਦੀ ਸਮੁੱਚੀ ਭਾਵਨਾ ਤੇ ਧਿਆਨ ਓਵਰਆਲ ਕਾਮ ਤੇ ਰਿਲੈਕਸੇਸ਼ਨ ਕੇਂਦਰਿਤ ਕਰੋ, ਦਿਮਾਗ ਨੂੰ ਆਪਣੇ ਰਿਲੈਕਸੇਸ਼ਨ ਸਟੇਜ ਦੇ ਵਿੱਚ ਲੈ ਆਓ। ਇਹਦਾ ਨਿਯਮਤ ਅਭਿਆਸ ਕਰਨਾ ਚਾਹੀਦਾ ਹੈਗਾ ਆ। ਜਿਹੜੀ ਪ੍ਰੋਗਰੈਸਿਵ ਮਸਕੂਲਰ ਰਿਲੈਕਸੇਸ਼ਨ ਹੈਗੀ ਆ ਇਹਦਾ ਨਿਯਮਤ ਤੌਰ ਤੇ ਅਭਿਆਸ ਕਰੋ। ਆਈਡੀਅਲੀ ਤੌਰ ਤੇ ਰੋਜ਼ਾਨਾ ਜਾਂ ਤਣਾਅ ਘਟਾਉਣ ਲਈ ਲੋੜ ਅਨੁਸਾਰ ਜਦੋਂ ਵੀ ਤੁਸੀਂ ਚਾਹੋ ਇਸ ਦੇ ਲੈ ਸਕਦੇ ਹੋ ਇਹਦੇ ਫਾਇਦੇ, ਔਰ ਤੁਹਾਡੀਆਂ ਜਿਹੜੀਆਂ ਪ੍ਰੈਫਰੈਂਸਸ ਹੈਗੀਆਂ ਆ ਤੇ ਜਿਹੜਾ ਤੁਹਾਡਾ ਜਿੰਨਾ ਕਿ ਸਮਾਂ ਤੁਹਾਨੂੰ ਮਿਲਦਾ ਹੈਗਾ ਆ ਉਹਦੇ ਲਈ ਇਹਦੀ ਡਿਊਰੇਸ਼ਨ ਜਿਹੜੀ ਹੈਗੀ ਆ ਉਹ ਤੁਸੀਂ ਵਿਵਸਥਿਤ ਜਿਹੜੀ ਹੈਗੀ ਆ ਉਹ ਕਰ ਸਕਦੇ ਹੈਗੇ ਆ, ਐਡਜਸਟ ਕਰ ਸਕਦੇ ਆ ਡਿਊਰੇਸ਼ਨ ਕਿ ਇਹ ਕਿੰਨੇ ਸਮੇਂ ਲਈ ਮੇਰੇ ਲਈ ਜ਼ਰੂਰੀ ਹੈਗਾ ਆ, ਉਹਦੇ ਮੁਤਾਬਕ ਤੁਸੀਂ ਇਹਦੇ ਫਾਇਦੇ ਜਿਹੜੇ ਆ ਉਹ ਲੈ ਸਕਦੇ ਹੈਗੇ ਆ। PMR ਦੇ ਲਾਭ ਜਿਹੜੇ ਹੈ, ਪ੍ਰੋਗਰੈਸਿਵ ਮਸਲ ਰਿਲੈਕਸੇਸ਼ਨ ਦੇ ਲਾਭ ਕਿਹੜੇ ਕਿਹੜੇ ਹੈਗੇ ਆ, ਇਹਦੇ ਨਾਲ ਇੱਕ ਤਾਂ ਜਿਹੜਾ ਤੁਹਾਡਾ ਸਟ੍ਰੈਸ ਹੈਗਾ ਆ ਤਣਾਅ ਉਹ ਘੱਟ ਜਾਂਦਾ ਹੈਗਾ ਆ, ਇਹਦੇ ਸਰੀਰਕ ਤੇ ਮਾਨਸਿਕ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈਗਾ ਆ, ਇਹਦੇ ਨਾਲ ਜਿਹੜੀ ਤੁਹਾਡੀ ਸਲੀਪ ਹੈਗੀ ਆ ਨੀਂਦ ਹੈਗੀ ਆ ਉਹ ਇੰਪਰੂਵ ਹੋ ਜਾਂਦੀ ਹੈਗੀ ਆ, ਨਿਯਮਤ ਅਭਿਆਸ ਬਿਹਤਰ ਨੀਂਦ ਦੀ ਕੁਆਲਿਟੀ ਵਿੱਚ ਯੋਗਦਾਨ ਪਾ ਸਕਦਾ ਹੈਗਾ ਆ, ਵਧਿਆ ਹੋਇਆ ਦਿਮਾਗ ਸਰੀਰ ਕਨੈਕਸ਼ਨ, ਇਨਹਾਂਸਡ ਜਿਹੜਾ ਬਾਡੀ ਮਾਈਂਡ ਕਨੈਕਸ਼ਨ ਹੈ ਉਹਦੇ ਵਿੱਚ ਤੁਹਾਡੀ ਜਾਗਰੂਕਤਾ ਜਿਹੜੀ ਹੈਗੀ ਆ, ਅਵੇਅਰਨੈਸ ਆਫ ਮਸਲ ਟੈਂਸ਼ਨ ਨੂੰ ਛੱਡਣ ਤੇ ਆਰਾਮ ਕਰਨ ਦੀ ਅਬਿਲਿਟੀ ਜਿਹੜੀ ਹੈਗੀ ਆ ਉਹ ਦੋਨਾਂ ਨੂੰ ਜੋੜ ਦਿੰਦਾ ਹੈਗਾ ਆ, ਘਟੀ ਹੋਈ ਚਿੰਤਾ ਜਿਹੜੀ ਹੈਗੀ ਆ ਉਹਦੇ ਵਿੱਚ ਚਿੰਤਾ ਦੇ ਪ੍ਰਬੰਧਨ ਅਤੇ ਸ਼ਾਂਤ ਦੀ ਭਾਵਨਾ ਸੈਂਸ ਆਫ ਕਾਮ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਇਹ ਹੁੰਦਾ ਹੈਗਾ ਆ। ਸਾਵਧਾਨੀ ਕੀ ਆ ਕਿ ਕਿਸੇ ਵੀ ਆਰਾਮ ਦੀ ਤਕਨੀਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਸਿਹਤ ਸੰਭਾਲ ਪੇਸ਼ੇਵਰ ਹੈਲਥ ਕੇਅਰ ਪ੍ਰੋਫੈਸ਼ਨਲ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ, ਖਾਸ ਕਰਕੇ ਜੋ ਤੁਹਾਡੇ ਕੋਲ ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ ਹਨ। ਕਈ ਵਾਰੀ ਕਈਆਂ ਨੂੰ ਸਥਿਤੀਆਂ ਜਿਹੜੀਆਂ ਐਸੀਆਂ ਹੁੰਦੀਆਂ ਕਿ ਕੋਈ ਮਸਲ ਪੇਨ ਹੈ ਜਾਂ ਕੋਈ ਜੁਆਇੰਟ ਪੇਨ ਹੈਗਾ ਆ ਜਾਂ ਕੋਈ ਹੋਰ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਬਲੱਡ ਪ੍ਰੈਸ਼ਰ ਦੀ ਹੈ, ਉਹਨਾਂ ਲਈ ਇਹ ਖਾਸ ਸਾਵਧਾਨੀ ਵਰਤਣੀ ਆ ਕਿ ਜਦੋਂ ਇਹ ਬਰੀਦਿੰਗ ਐਕਸਰਸਾਈਜ਼ ਕਰਨੀਆਂ ਹੈਗੀਆਂ ਆ ਤੇ ਆਪਣੇ ਜਿਹੜਾ ਹੈਲਥ ਕੇਅਰ ਪ੍ਰੋਵਾਈਡਰ ਹੈ ਜਾਂ ਪ੍ਰੋਫੈਸ਼ਨਲ ਹੈ ਉਹਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਆ ਕਿ ਤੁਹਾਨੂੰ ਇਹ ਕਰਨੀਆਂ ਠੀਕ ਹਨ ਕਿ ਨਹੀਂ ਹੈ, ਕਿਉਂਕਿ ਇਹਦੇ ਨਾਲ ਜਦੋਂ ਤੁਸੀਂ ਟੈਂਸ ਕਰਨਾ ਹੈਗਾ ਆ ਤਾਂ ਤੁਹਾਡੇ ਹਾਰਟ ਦੇ ਉੱਤੇ ਵੀ ਬੋਝ ਪੈਣਾ, ਤੁਹਾਡੇ ਬਲੱਡ ਪ੍ਰੈਸ਼ਰ ਦੇ ਉੱਤੇ ਵੀ ਬੋਝ ਪੈਣਾ ਆ, ਔਰ ਤੁਹਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਹੋ ਸਕਦੀਆਂ ਹੈਗੀਆਂ, ਇਸ ਲਈ ਉਹਨਾਂ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈਗਾ ਆ। ਫਿਰ ਇਹਦੀ ਜਿਹੜੀ ਸਮਰੀ ਹੈ ਉਹ ਇਹ ਹੈ ਕਿ ਪ੍ਰਗਤੀਸ਼ੀਲ ਮਾਸਪੇਸ਼ੀ ਆਰਾਮ ਇੱਕ ਸਟਰਕਚਰਡ ਟੈਕਨੀਕ ਹੈ ਜੋ ਵਿਵਸਥਿਤ ਸਿਸਟੈਮਿਕ ਤਣਾਅ ਦੇ ਵੱਖ-ਵੱਖ ਮਾਸਪੇਸ਼ੀ ਸਮੂਹਾਂ ਦੀ ਰਿਹਾਈ ਦੁਆਰਾ ਸਰੀਰਕ ਤੇ ਮਾਨਸਿਕ ਆਰਾਮ ਨੂੰ ਉਤਸ਼ਾਹਿਤ ਕਰਦੀ ਹੈ। ਇਹਦੇ ਨਾਲ ਤੁਹਾਡਾ ਸਰੀਰਕ ਵੀ ਤੇ ਤੁਹਾਡਾ ਮਾਨਸਿਕ ਵੀ ਜਿਹੜਾ ਰਿਲੈਕਸੇਸ਼ਨ ਹੈਗੀ ਆ ਉਹ ਹੋ ਜਾਂਦੀ ਹੈਗੀ ਆ, ਤੇ ਨਿਯਮਤ ਅਭਿਆਸ ਜਿਹੜਾ ਹੈਗਾ ਆ ਉਹ ਸਟ੍ਰੈਸ ਲੈਵਲ ਦੇ ਜਿਹੜੇ ਰੈਗੂਲੇਸ਼ਨ ਹੈਗਾ ਆ ਅਤੇ ਸਮੁੱਚੀ ਤੰਦਰੁਸਤੀ ਜਿਹੜੀ ਓਵਰਆਲ ਤੁਹਾਡੀ ਹੈਲਥ ਹੈਗੀ ਆ ਉਹਦੇ ਲਈ ਇੱਕ ਕੀਮਤੀ ਸਾਧਨ ਹੋ ਸਕਦਾ ਹੈਗਾ ਆ।
ਤੇ ਇਹਦੇ ਨਾਲ ਹੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸ਼ੁਕਰੀਆ। ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਮੋਸਟ ਵੈਲਕਮ। ਜੀ ਸਰ, ਥੈਂਕ ਯੂ ਵੈਰੀ ਮੱਚ। ਐਂਡ ਹੋਪ ਜਿਨ੍ਹਾਂ ਨੇ ਵੀ ਜੁਆਇਨ ਕੀਤਾ ਤੇ ਜਿਨ੍ਹਾਂ ਨੇ ਨਹੀਂ ਵੀ ਕੀਤਾ, ਜਦੋਂ ਇਹਨਾਂ ਕੋਲ ਵੀਡੀਓ ਸਾਡੀ ਇਹ ਪਹੁੰਚੂਗੀ ਤਾਂ ਓਬਵੀਅਸਲੀ ਬਹੁਤ ਜ਼ਿਆਦਾ, ਜਿਹੜੇ ਅਗਰ ਉਹਨੂੰ ਇੱਕ ਨਿਯਮਿਤ ਰੂਪ ਨਾਲ ਕਰੂਗੇ ਤਾਂ ਰਿਜ਼ਲਟਸ ਜ਼ਰੂਰ ਮਿਲਣਗੇ। ਤੇ ਇਹ ਬਹੁਤ ਜ਼ਿਆਦਾ ਵਧੀਆ ਸੈਸ਼ਨ ਸੀਗਾ ਅੱਜ ਦਾ। ਤੇ ਸਰ, ਇਹ ਜਿਹੜੀਆਂ ਟੈਕਨੀਕਸ ਹੈਗੀਆਂ ਆ, ਇਹ ਜਿਨ੍ਹਾਂ ਨੂੰ ਆਲਰੇਡੀ ਮੰਨ ਲਓ ਸਰਵਾਈਕਲ ਪੇਨ ਹੈ ਜਾਂ ਮਸਲ ਪੇਨ ਹੈ ਜਾਂ ਫਿਰ ਹਾਰਟ ਦੀ ਪ੍ਰੋਬਲਮ ਹੈ, ਉਹ ਕਰ ਸਕਦੇ ਆ ਨਾ ਇਹ? ਕਰ ਸਕਦੇ ਆ, ਪਰ ਉਹ ਕਲੀਅਰਿੰਗ ਚਿੱਟ ਜਿਹੜੀ ਹੈ ਉਹ ਡਾਕਟਰ ਤੋਂ ਲੈ ਲੈਣੀ ਚਾਹੀਦੀ ਆ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ, ਠੀਕ ਕਿ ਹੈ। ਕਿਸ ਤਰ੍ਹਾਂ ਦੀ ਉਹਨਾਂ ਦੀ ਪ੍ਰੋਬਲਮ ਕਿਸ ਤਰ੍ਹਾਂ ਦੀ ਹੈ, ਕਿ ਉਹ ਪ੍ਰੋਬਲਮ ਅਗਰ ਉਹਨਾਂ ਨੂੰ ਹੈ ਤੇ ਉਹ ਡਾਕਟਰ ਨੂੰ ਦਿਖਾ ਲੈਣ, ਤੇ ਉਸ ਤੋਂ ਬਾਅਦ ਅਗਰ ਕਲੀਅਰੈਂਸ ਮਿਲ ਜਾਂਦੀ ਆ ਤੇ ਫਿਰ ਉਹ ਕਰ ਸਕਦੇ ਹੈਗੇ। ਠੀਕ ਹੈ ਸਰ, ਥੈਂਕ ਯੂ ਵੈਰੀ ਮੱਚ। ਤੇ ਹੋਪ ਅੱਜ ਦਾ ਸੈਸ਼ਨ ਜਿਨ੍ਹਾਂ ਨੇ ਜੁਆਇਨ ਕੀਤਾ ਸੀਗਾ ਉਹਨਾਂ ਨੂੰ ਵਧੀਆ ਲੱਗਾ, ਤੇ ਵਾਲੇ ਰੈਗੂਲਰ ਆਪਣੀ ਰੂਟੀਨ ਦੇ ਵਿੱਚ ਰੱਖੋਗੇ ਤਾਂ ਬਹੁਤ ਜਲਦੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਫਾਇਦੇ ਵੀ ਮਿਲਣਗੇ। ਤੇ ਬਾਕੀ ਅਕੋਰਡਿੰਗ ਟੂ ਡਾਕਟਰ ਸਾਹਿਬ ਨੇ ਜੋ ਕਿਹਾ ਹੈਗਾ ਕਿ ਆਪਣੇ ਡਾਕਟਰ ਤੋਂ ਕੰਸਲਟ ਕਰਕੇ ਪ੍ਰੋਪਰ ਤਰੀਕੇ ਦੇ ਨਾਲ, ਤੁਸੀਂ ਅਗਰ ਡਾਕਟਰ ਸਾਹਿਬ ਤੋਂ ਵੀ ਤੁਸੀਂ ਕੰਸਲਟ ਕਰਨਾ ਚਾਹੁੰਦੇ ਹੋ ਤੇ ਡਾਕਟਰ ਸਾਹਿਬ ਦਾ ਵੀ ਯੂਟਿਊਬ ਚੈਨਲ ਵੀ ਹੈਗਾ, ਉਹਦੇ ਤੇ ਵੀ ਤੁਸੀਂ ਪੁੱਛ ਸਕਦੇ ਹੋ। ਤੇ ਹਰਬਲ ਅਰਥ ਦਾ ਵੀ ਚੈਨਲ ਹੈ, ਉੱਤੇ ਵੀ ਇਹ ਵੀਡੀਓਜ਼ ਪੈਂਦੀਆਂ ਹੈਗੀਆਂ, ਸੋ ਕਮੈਂਟਸ ਦੇ ਵਿੱਚ ਵੀ ਪੁੱਛ ਸਕਦੇ ਹੋ ਤਾਂ ਆਪਣੀ ਕੰਸਲਟੇਸ਼ਨ ਜਿਹੜੀ ਲੈ ਸਕਦੇ ਹੋ। ਸੋ ਅੱਜ ਦਾ ਸੈਸ਼ਨ ਆਪਾਂ ਇੱਥੇ ਹੀ ਕਲੋਜ਼ ਕਰਦੇ ਹਾਂ ਤੇ ਸਰ ਦਾ ਥੈਂਕ ਯੂ ਕਰਦੇ। ਥੈਂਕ ਯੂ ਵੈਰੀ ਮੱਚ ਸਰ ਸ਼ੁਕਰੀਆ। ਜੀ। ਥੈਂਕ ਯੂ ਟੂ ਆਲ ਆਫ ਯੂ ਐਂਡ ਗੁੱਡ ਗੁੱਡ ਮਾਰਨਿੰਗ ਟੂ ਆਲ ਆਫ ਯੂ। ਗੁੱਡ ਈਵਨਿੰਗ ਸਰ। ਓਕੇ, ਗੁੱਡ ਡੇ। ਥੈਂਕ ਯੂ।